ਅਸਲਾਮੁ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਅਜਬਲੀ। ਤੁਸੀਂ ਦੇਖਦੇ ਪਏ ਹੋ ਨੀਲੀ ਪੰਜਾਬੀ ਟੀਵੀ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਮਤਲਬ ਬਹੁਤ ਤੱਕ ਨਵੀਂ ਆਉਣ ਵਾਲੀ ਵੀਡੀਓ ਮੇਰੇ ਦੋਸਤਾਂ ਮੇਰੇ ਤੱਕ ਪਹੁੰਚ ਸਕੇ। ਦੋਸਤਾਂ ਵਾਸਤੇ ਮਾਸ਼ਾਅੱਲਾ ਜੀ ਮਿਹਨਤ ਕਰੀ ਦੀ ਕੋਸ਼ਿਸ਼ ਕਰਕੇ ਮਾਸ਼ਾਅੱਲਾ ਸਾਫ਼ ਸੁਥਰਾ ਜਾਨਵਰ ਲੈ ਕੇ ਹਾਜ਼ਰ ਹੋਈਦਾ। ਅੱਜ ਮਾਸ਼ਾਅੱਲਾ ਇੱਕ ਦੂਜਣ ਗਾਂ ਦੀ ਬਿੱਲੀ ਲੈ ਕੇ ਹਾਜ਼ਰ ਹੋਏ। ਮਾਸ਼ਾਅੱਲਾ ਬੜੀ ਖੂਬਸੂਰਤ ਔਰ ਬੜੀ ਲਾਜਵਾਬ ਹੈ। ਲਾਲ ਗੋਰੇ ਰੰਗ ਦੇ ਵਿੱਚ ਮੁੱਠ ਮੁੱਠ ਸਿੰਘ ਹੈਗਾ, ਬੜਾ ਖੂਬਸੂਰਤ ਹਵਾਨਾ, ਕੱਦ ਪੂਰਾ, ਲਾਮ ਪੂਰੀ, ਨਸਲ ਜ਼ਾਤ ਆਪਣੇ ਸਾਹਮਣੇ, ਹਰ ਇੱਕ ਚੀਜ਼ ਦੀ ਤਸੱਲੀ ਮੇਰੇ ਵੀਰਾਂ ਨੂੰ ਕੈਂਪ ਦੀ ਨਜ਼ਰ 'ਚ ਕਰਵਾਈ ਜਾਣੀ ਹੈ। ਮੇਰੇ ਦੋਸਤਾਂ ਵੀਰਾਂ ਨੂੰ ਜਨਾਬ ਇੱਕ ਸੂਸੀ ਰਿਕੁਐਸਟ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ, ਤਸੱਲੀ ਕਰਨੀ ਹੈ ਔਰ ਮਾਸ਼ਾਅੱਲਾ ਤੱਕ ਮਿਹਨਤ ਕਰਨੇ ਨੇ, ਲੈਣੇ ਦੇਣੇ ਨਸੀਬ ਨੇ। ਜਾਨਵਰ ਮਾਸ਼ਾਅੱਲਾ ਪੂਰਾ ਤਸੱਲੀ ਵਾਲਾ ਔਰ ਬੜਾ ਖੂਬਸੂਰਤ ਖਾਣੇ, ਹਰ ਇੱਕ ਚੀਜ਼ ਦੀ ਤਸੱਲੀ ਮੇਰੇ ਵੀਰਾਂ ਨੇ ਕੈਂਪ ਦੀ ਨਜ਼ਰ 'ਚ ਕਰ ਲੈਣੀ ਹੈ ਔਰ ਜਨਾਬ ਵੀਡੀਓ ਨੂੰ ਐਂਡ ਤੱਕ ਦੇਖ ਕੇ ਤਸੱਲੀ ਕਰਕੇ ਮਾਸ਼ਾਅੱਲਾ ਤੱਕ ਮਿਹਨਤ ਕਰਨੇ ਨੇ, ਲੈਣੇ ਦੇਣੇ ਨਸੀਬ ਨੇ। ਲੋ ਦੋਸਤੋ, ਟੋਰ ਫੇਰ ਕੇ ਜਨਾਬ ਮੇਰੇ ਵੀਰਾਂ ਨੂੰ ਤਸੱਲੀ ਆਪਾਂ ਕਰਵਾ ਦੇਣੀ ਹੈ। ਬਾਕੀ ਮੇਰੇ ਵੀਰਾਂ ਨੂੰ ਖੁਸ਼ੀ ਰਿਕੁਐਸਟ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ, ਤਸੱਲੀ ਕਰਨੀ ਔਰ ਮਾਸ਼ਾਅੱਲਾ ਕਮੈਂਟ ਕਰਨੇ ਨੇ। ਇਸ ਤਰ੍ਹਾਂ ਦਾ ਜਾਨਵਰ ਕਦੇ ਕਦੇ ਮਿਲਦਾ ਜਿਹੜਾ ਕਿ ਇਸ ਤਰ੍ਹਾਂ ਦਾ ਥਣ ਲੱਗਿਆ ਹੁੰਦਾ, ਬੜੀ ਲਾਜਵਾਬ ਵੈੜੀ ਹੈ। ਬੰਦ ਇਹਦਾ ਬੱਚਾ ਆਉਣ ਪਈ, ਕਿੱਥੇ ਲੈ ਆਓ ਬੱਚਾ ਲੈ। ਲਓ ਜੀ ਦੋਸਤੋ, ਤਸੱਲੀ ਮੇਰੇ ਵੀਰਾਂ ਨੇ ਕੈਮਰੇ ਦੀ ਨਜ਼ਰ 'ਚ ਕਰਨੀ ਹੈ। ਮੇਰੇ ਦੋਸਤਾਂ ਵੀਰਾਂ ਨੂੰ ਜਨਾਬ ਇੱਕ ਸੂਸੀ ਰਿਕੁਐਸਟ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ, ਤਸੱਲੀ ਕਰਨੀ ਔਰ ਮਾਸ਼ਾਅੱਲਾ ਦੇ ਕਮੈਂਟਸ ਕਰਨੇ ਨੇ। ਬੜਾ ਲਾਜਵਾਬ ਔਰ ਬੜਾ ਖੂਬਸੂਰਤ ਥਣ ਲੱਗਿਆ, ਪੂਰਾ ਮੁੱਠ ਭਰ ਔਰ ਥਣਾਂ ਦੀਆਂ ਵੰਡਾਂ ਪੂਰੀਆਂ ਔਰ ਗਾਂ ਨੂੰ ਰੰਗ ਮਾਸ਼ਾਅੱਲਾ ਬੜਾ ਅੱਛਾ ਲੱਗਿਆ ਹੋਇਆ। ਹਰ ਪਾਸੋਂ ਸਾਫ਼ ਸੁਥਰੀ ਔਰ ਨਸਲ ਜ਼ਾਤ ਵਾਲੀ ਗਾਂ ਹੈ, ਬਿਲਕੁਲ ਤਾਜ਼ਾ ਸੂਈ ਹੋਈ ਹੈ। ਲਓ ਜੀ ਦੋਸਤੋ, ਇਹ ਥੱਲੇ ਜਨਾਬ ਇਹਦੇ ਬੱਚੀ ਜਾ ਕੇ ਬੱਚਾ ਹੈ, ਮਾਲਕਾਂ ਨੂੰ ਪੁੱਛ ਲੈਂਦੇ ਹਾਂ, ਨਾਲੇ ਦਿਖਾ ਵੀ ਦਿੰਦੇ ਹਾਂ। ਨਾੜੂਆ ਨਾਲ ਹੈ ਬੱਚੇ ਦੇ, ਬੋਲੇ ਦੇ ਵਿੱਚ ਸਾਰੀ ਗੱਲਬਾਤ ਮਾਲਕਾਂ ਨੂੰ ਪੁੱਛ ਲਵਾਂਗੇ ਕਿ ਮਜ਼ੀਦ ਕਿੰਨੇ ਦਿਨਾਂ ਦੀ ਸੂਈ ਹੈ, ਕਿੰਨਾ ਦੁੱਧ ਹੈ, ਸਾਰੀ ਗੱਲਬਾਤ ਇਹ ਮਾਲਕਾਂ ਤੋਂ ਪੁੱਛੀ ਜਾਵੇਗੀ। ਥੋੜ੍ਹੀ ਕਰ ਲਵੇ ਬੜੀ ਤੰਗ। ਮਾਸ਼ਾਅੱਲਾ ਬੜੀ ਖੂਬਸੂਰਤ ਔਰ ਬੜੀ ਹੀ ਲਾਜਵਾਬ, ਪਹਿਲਾ ਵਾਰ ਹੈ ਜਾਂ ਦੂਸਰਾ ਵਾਰ ਹੈ, ਸਾਰੀ ਗੱਲਬਾਤ ਮਾਲਕਾਂ ਤੋਂ ਪੁੱਛੀ ਜਾਵੇਗੀ। ਕੱਦ ਮਾਸ਼ਾਅੱਲਾ ਵੱਡਾ, ਛੋਟਾ ਕੱਦ ਨਹੀਂ, ਲਾਮ ਪੂਰੀ, ਨਸਲ ਜ਼ਾਤ ਪੂਰੀ ਹੈ। ਇਹਦੇ ਨੇੜੇ ਬਾਂਧਦੇ ਅੱਗੇ। ਨਾਲੇ ਭਲਾ ਹੋ ਜਾਵੇ ਤੇ ਚਲ ਜੋ ਜੋ ਲਓ ਜੀ ਮਾਸ਼ਾਅੱਲਾ, ਧਾਰ ਮੋਟੀ ਹੈ, ਬਰੀਕ ਧਾਰ ਨਹੀਂ ਦੀ, ਜਿਸ ਤਰ੍ਹਾਂ ਕਿ ਟੂਟੀ ਚੱਲਦੀ ਹੈ ਉਸ ਤਰ੍ਹਾਂ ਦੀ ਧਾਰ ਨਿਕਲੇਗੀ ਇਨਸ਼ਾਅੱਲਾ।
ਪਏਗਾ ਕਿ ਨਹੀਂ? ਹਾਂਜੀ ਕਿਹੜਾ ਲਿਆਉਣਾ ਦੱਸ? ਲਓ ਜੀ ਮਾਸ਼ਾਅੱਲਾ ਚੜਾਈ ਹੋਵੇਗੀ, ਜਾਨਵਰ ਦੀ ਤਸੱਲੀ ਹੋਵੇਗੀ। ਅਮਰ ਭਾਈ ਦੁੱਧ ਮੈਂ ਸਾਹਿਬ ਤੇ ਕੱਢ ਲੈਂਦੇ ਗੜਦੀ ਕਿ ਨੇੜੇ ਪਈ ਤੋਂ ਵੀ ਲੈ ਇੱਥੇ ਕੱਢ ਲੈ ਨਾਲ ਡਰ ਨਹੀਂ ਰਹਿ ਜਾਣਾ ਦੁੱਧਣ ਦਾ। ਮਾਸ਼ਾਅੱਲਾ ਦੋ ਦੋ ਤਸੱਲੀ ਨਾਲ ਚੜਾਈ ਹੋ ਗਈ, ਬਾਕੀ ਸਾਰੀ ਗੱਲਬਾਤ ਜਿਹੜੀ ਉਹ ਮਾਲਕਾਂ ਕੋਲੋਂ ਵੀ ਪੁੱਛੀ ਜਾਵੇਗੀ, ਮਜ਼ੀਦ ਤਸੱਲੀ ਕਰਾਂਗੇ। ਬਰਤਨ ਸਰਕਾਰ ਇੱਕ ਹੋਰ ਲੈ ਆਓ। ਆ ਗਿਆ, ਬੜੀ ਚੰਗੀ ਗੱਲ। ਲਓ ਜੀ ਮੇਰਾ ਵੀਰ ਲਵਾ ਰਹੇ ਸਾਰਾ ਹੀ ਉਹਦੇ ਵਪਾਰ ਚਲੋ ਜੀ ਮਾਰੋ ਚੰਗੀਆਂ ਮਾਰ। ਲਓ ਜੀ ਮਾਸ਼ਾਅੱਲਾ ਜੀ ਕੈਮਰਾਮੈਨ ਸਾਹਿਬ ਤਸੱਲੀ ਨਾਲ ਮਾਸ਼ਾਅੱਲਾ ਇੱਕ ਜੀ
ਇਹ ਜੀ ਮਾਸ਼ਾਅੱਲਾ ਦੋ, ਔਰ ਇਹ ਜੀ ਤਿੰਨ, ਔਰ ਇਹ ਜੀ ਚਾਰ, ਔਰ ਇਹ ਹੋ ਗਈਆਂ ਜਨਾਬ ਪੰਜ, ਔਰ ਇਹ ਮਾਸ਼ਾਅੱਲਾ ਜੀ ਛੇ, ਔਰ ਇਹ ਜਨਾਬ ਹੋ ਗਈਆਂ ਸੱਤ, ਔਰ ਇਹ ਜਨਾਬ ਮਾਸ਼ਾਅੱਲਾ ਜੀ ਅੱਠ ਹੋ ਗਈਆਂ, ਇਹ ਜੀ ਨੌ, ਔਰ ਦੂਸਰੇ ਜਿਵੇਂ ਜੀ ਇਹ ਦਸ, ਔਰ ਇਹ ਗਿਆਰਾਂ, ਸਾਢੇ ਗਿਆਰਾਂ ਗੜਵੀਆਂ ਦੁੱਧ, ਗਿਆਰਾਂ ਲਾ ਲਓ, ਗਿਆਰਾਂ ਲਾ ਲਓ ਜੀ, ਕਿਉਂਕਿ ਥੋੜ੍ਹੀ ਬਹੁਤੀ ਝੱਗ ਲਾ ਲਓ, ਗਿਆਰਾਂ ਗੜਵੀਆਂ ਦੁੱਧ ਲਾ ਲਓ, ਔਰ ਮਾਸ਼ਾਅੱਲਾ ਬੱਚੇ ਨੂੰ ਵੀ ਤਕਰੀਬਨ ਦੁੱਧ ਛੱਡਿਆ ਖੜਾ, ਬੱਚੇ ਨੂੰ ਵੱਛੀ ਵੀ, ਇੱਥੇ ਵੱਛੀ ਕਿ ਬੱਚਾ ਹੈ, ਵੱਛੀ ਹੈ ਜੀ ਮਾਸ਼ਾਅੱਲਾ, ਵੱਛੀ ਜਨਾਬ ਥੱਲੇ ਛੱਡ ਦਿਓ ਗਾਂ ਦੇ, ਅਤੇ ਸਰਕਾਰ ਇਹਦੀ ਸਾਨੂੰ ਡਿਟੇਲ ਦੇ ਦਿਓ, ਪਹਿਲਾਂ ਥੱਲੇ ਢੱਕਣ ਦੇ ਦਿਓ, ਅਮਰ ਭਾਈ ਤਾਂ ਬੱਚਾ ਛੱਡੋ ਇਹਦੇ ਥੱਲੇ, ਕਿਉਂਕਿ ਵੀਰਾਂ ਨੂੰ ਦੁਬਾਰਾ ਵੀ ਤਸੱਲੀ ਹੋ ਜਾਵੇ ਕਿ ਵਾਕਿਆ ਹੀ ਬੱਚੇ 'ਤੇ ਹੀ ਮਿਲਦੀ ਹੈ, ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ, ਔਰ ਸਾਰੀ ਤਸੱਲੀ ਜਨਾਬ ਮੇਰੇ ਵੀਰਾਂ ਨੇ ਕੈਮਰੇ ਦੀ ਨਜ਼ਰ 'ਚ ਕਰ ਲੈਣੀ, ਅਮਰ ਭਾਈ ਕੀ ਹਾਲ? ਅਲਹਮਦੁਲਿਲਾ ਭਾਈ ਇਹਦੇ ਜੀ, ਹਾਂਜੀ ਸ਼ੁਕਰੀਆ ਦਾ, ਅਮਰ ਭਾਈ ਕਿੰਨਵਾਂ ਸੁਬਹ ਆਇਆ ਬੈਠੀ ਸੂਈ ਆ? ਦੂਸਰਾ ਵਾਰਾ ਸੂਈ ਭਾਈ, ਜੈਨਵੈਨ ਜੈਨਵੈਨ, ਦੋ ਟਾਈਮ ਦਾ ਕਿੰਨਾ ਦੁੱਧ ਸਾਨੂੰ ਚਵਾ ਦਿਓਗੇ, ਟਾਈਮ ਟੂ ਟਾਈਮ ਜਿਹੜਾ ਇਹਦੇ ਥੱਲੇ? ਟਾਈਮ ਟੂ ਟਾਈਮ ਮਾਸ਼ਾਅੱਲਾ ਬਣਦਾ ਦੁੱਧ 2 ਲੀਟਰ, 2 ਲੀਟਰ ਆਪਾਂ ਇਨਸ਼ਾਅੱਲਾ 21 ਲੀਟਰ ਦੀ ਗਰੰਟੀ ਦੇਵਾਂਗੇ, ਇਨਸ਼ਾਅੱਲਾ ਕੋਈ ਵੀਰ ਉੱਪਰ ਆ ਕੇ ਚੋਣਾ ਆਦੀ ਚੋ ਕੇ ਤਸੱਲੀ ਕਰਕੇ ਲਿਆਵੇ, ਤਸੱਲੀ ਕਰਕੇ ਲਿਆਵੇ ਇੱਥੇ, ਇਨਸ਼ਾਅੱਲਾ ਚਵਾ ਕੇ ਇੱਥੇ ਆਪਣੇ ਕੋਲ ਆ ਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਲਿਆਵੇ, ਤਿੰਨ ਟਾਈਮ ਚਾਰ ਟਾਈਮ, ਚਾਰ ਟਾਈਮ ਦੀ ਚਵਾਈ, ਅਮਰ ਭਾਈ ਕਿੰਨੇ ਪੈਸੇ ਲੈਣੇ, ਲੈਣ ਦੇਣ ਵਾਲੀ ਗੱਲ ਕਰਨੀ, ਪੱਕੇ ਜੇ ਪੈਸੇ ਮੰਗਣੇ ਨੇ ਜਿਹੜੇ ਨੇ ਲੈ ਲੈਣੇ ਭਾਈ, ਅਗਰ ਦੁੱਧ ਨੂੰ ਵੇਖਿਆ ਜਾਵੇ, ਹਾਂਜੀ ਇਨਸ਼ਾਅੱਲਾ ਅੱਜ ਦੇ ਦੌਰ ਦੇ ਵਿੱਚ 2 ਲੀਟਰ ਦੁੱਧ ਵੱਡੀ ਤੋਂ ਵੱਡੀ ਲੈਟਿੰਗ ਗਾਂ ਨਹੀਂ ਦੇਣੀ ਦੁੱਧ, ਬਿਲਕੁਲ ਇਹ ਨਹੀਂ ਗੱਲ, ਠੀਕ ਹੈ, ਅਗਰ ਰੇਟ ਨੂੰ ਦੇਖਿਆ ਜਾਵੇ, ਗਾਂ ਦੀ ਨਸਲ ਨੂੰ ਦੇਖਿਆ ਜਾਵੇ, ਫਿਰ ਰੇਟ ਬਹੁਤ ਮਕਬੂਲ, ਰੇਟ ਬਿਲਕੁਲ ਹੀ ਮਕਬੂਲ ਕਰਨਾ ਹੈ, ਆਪਾਂ ਦੋਸਤਾਂ ਨੂੰ ਰਾਜ਼ੀ ਕਰਨਾ ਹੈ ਕਿ ਜਿਹੜੇ ਆਪਣੇ ਨਾਲ ਤਾਮਨ ਕਰਦੇ ਨੇ ਆਪਾਂ ਉਹਨਾਂ ਨੂੰ ਬਿਲਕੁਲ ਕਰਾਂਗੇ, ਜਾਨਵਰ ਦੇ ਹਿਸਾਬ ਨਾਲ ਜਨਾਬ ਤੁਸੀਂ ਜਿਹੜਾ ਨਾ ਰੇਟ ਕਰੋ, ਦਾ ਇਹਦਾ ਰੇਟ 3,70,000 ਰੁਪਇਆ ਭਾਈ, 3,70,000 ਰੁਪਇਆ ਇਹ ਫਾਈਨਲ ਹੈ ਜਾਂ ਕੋ ਮੁਹੱਬਤ ਪਿਆਰ? ਇਸ ਤੋਂ ਮੈਂ ਮੁਹੱਬਤ ਪਿਆਰ ਇਨਸ਼ਾਅੱਲਾ ਕਰਾਂਗੇ, 3,60,000 ਚ ਫਾਈਨਲ ਕਰ ਲਾਂਗੇ, ਫਾਈਨਲ ਕਰ ਲਾਂਗੇ, ਇੱਧਰ ਮਾਸ਼ਾਅੱਲਾ ਮੇਰੀਆਂ ਗਾਵਾਂ ਖਲੋਤੀਆਂ ਨੇ, ਉੱਧਰ ਕੈਮਰਾਮੈਨ ਲਾਇਆ ਜੀ। ਲਓ ਜੀ ਦੋਸਤੋ, ਇਹ ਜਨਾਬ ਭਾਈਆਂ ਕੋਲ ਵੱਡੀਆਂ ਬਲੈਤੀ ਗਾਵਾਂ, ਬਹੁਤ ਵੱਡੀਆਂ ਜਾਨਵਰ, ਇਹ ਬਹੁਤ ਵੱਡੀ ਗਾਂ ਖੜੀ ਹੈ ਇਸ ਟਾਈਮ, ਚੋਈ ਖੜੀ ਹੈ ਮਾਸ਼ਾਅੱਲਾ, ਇਸ ਟਾਈਮ ਵੱਡੀ ਗਾਂ ਨਹੀਂ ਕਰਦੀ ਜਿੰਨਾ ਦੁੱਧ ਮਾਸ਼ਾਅੱਲਾ, ਮਾਸ਼ਾਅੱਲਾ ਜੀ ਇਸ ਟਾਈਮ ਜਨਾਬ ਇਹਦੇ ਥੱਲੇ 22 ਗੜਵੀਆਂ ਦੁੱਧ ਮਾਲਕ ਕਹਿ ਰਹੇ ਨੇ, 21 ਲੀਟਰ ਦੁੱਧ ਦੀ ਗਰੰਟੀ ਹੈ, 3,70,000 ਡਿਮਾਂਡ, 21 ਲੀਟਰ ਦੀ ਗਰੰਟੀ ਦੇਵਾਂਗੇ, ਔਰ ਮਾਸ਼ਾਅੱਲਾ ਜੀ 3,60,000 ਫਾਈਨਲੀ ਰੇਟ ਹੈ, ਕਿਸੇ ਮੇਰੇ ਵੀਰ ਦੇ ਪਸੰਦ ਆਵੇ ਆਪਣਾ ਰਾਬਤਾ ਨੰਬਰ 0307-6563-6651 ਆਪਣਾ ਵਟਸਐਪ ਅਤੇ ਈਮੋ ਨੰਬਰ ਹੈ, ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਮੇਰੇ ਦੋਸਤਾਂ ਨੂੰ ਪਸੰਦ ਆਵੇਗੀ, ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।